ਤਰ੍ਹਾਂ ਦੇ ਲਾ ਸੁਦੀਪ ਸੂਰੀ ਦਾ ਜਿਹੜਾ ਕਤਲ ਕੀਤਾ ਗਿਆ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਇਹਦੇ ਲਈ ਮੈਂ ਸਿੱਧਾ ਸਿੱਧਾ ਪੰਜਾਬ ਸਰਕਾਰ ਔਰ ਪੰਜਾਬ ਦੇ ਡੀ ਜੀ ਪੀ ਨੂੰ ਜ਼ਿੰਮੇਵਾਰ ਮੰਨਦਾ ਔਰ ਬਿਲਕੁਲ ਕਲੀਅਰ ਲਫ਼ਜ਼ਾਂ ਦੇ ਵਿੱਚ ਕਹਿੰਦਾ ਕਿ ਜੋ ਅੰਮ੍ਰਿਤਪਾਲ ਭਿੰਡਰਾਂਵਾਲਾ 2 ਪਿਛਲੇ 2 ਮਹੀਨੇ ਤੋਂ ਪੰਜਾਬ ਦੇ ਵਿੱਚ ਘੁੰਮ ਰਿਹਾ ਅੰਮ੍ਰਿਤ ਛਕਾਉਣ ਦਾ ਅੰਮ੍ਰਿਤ ਸੰਚਾਰ ਦਾ ਸਹਾਰਾ ਲੈ ਕੇ ਉਹਨਾਂ ਸਟੇਜਾਂ ਦੇ ਉੱਪਰੋਂ ਉਹ ਅੰਮ੍ਰਿਤ ਸੰਚਾਰ ਕਰਾਵੇ ਅੰਮ੍ਰਿਤ ਛਕਾਵੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਉਹ ਰੱਬ ਦਾ ਕੰਮ ਹੈ ਪਰ ਉਸ ਰੱਬ ਦੇ ਕੰਮ 'ਤੇ ਰੱਬ ਦੀ ਸਟੇਜ ਦੇ ਉੱਪਰੋਂ ਰੱਬ ਦਾ ਨਾਮ ਲੈ ਕੇ ਉਹ ਭੜਕਾਊ ਭਾਸ਼ਣ ਕਰੇ ਉਹ ਕਹੇ ਕੋਈ ਪੰਜਾਬੀ ਤੋਂ ਬਾਹਰਲਾ ਜ਼ਮੀਨ ਨਹੀਂ ਖਰੀਦ ਸਕਦਾ ਜਿੱਥੇ ਹਿੰਦੀ ਲਿਖੀ ਵੀ ਹੈ ਉਸ ਦੁਕਾਨ ਤੋਂ ਸਮਾਨ ਨਾ ਖਰੀਦੋ ਲਾਲਿਆਂ ਦੀਆਂ ਫੈਕਟਰੀਆਂ ਬੰਦ ਕਰਵਾ ਦਿਓ ਜੇ ਕੋਈ ਤੁਹਾਡਾ ਕਹਿਣਾ ਨਾ ਮੰਨੇ ਸਰਕਾਰ ਵਾਲਾ ਤਾਂ ਉਹਦਾ ਸੋਧਾ ਲਾ ਦਿਓ ਉਸ ਬੰਦੇ ਨੇ ਹੀ ਭੜਕਾ ਕੇ ਸੁਦੀਪ ਸੂਰੀ ਦਾ ਮਰਡਰ ਕਰਵਾਇਆ ਸੁਦੀਪ ਸੂਰੀ ਦਾ ਕਤਲ ਕਰਵਾਇਆ ਇਹਦੇ ਲਈ ਅੰਮ੍ਰਿਤਪਾਲ ਸਿੱਧਾ ਸਿੱਧਾ ਜ਼ਿੰਮੇਵਾਰ ਹੈ ਔਰ ਹਾਲੇ ਤੱਕ ਜਿੰਨਾ ਕੁ ਮੈਨੂੰ ਪਤਾ ਲੱਗਿਆ ਕਿ ਜਿਹੜੀ ਕਾਰ ਦੇ ਵਿੱਚ ਉਹ ਬੰਦਾ ਆਇਆ ਸੀ ਉਸ 'ਤੇ ਭਾਰਤ ਪੰਜਾਬ ਦੇ ਸਟਿੱਕਰ ਲੱਗੇ ਹੋਏ ਨੇ ਹਾਂਜੀ ਇਹਦੇ ਲਈ ਭਾਰਤ ਪੰਜਾਬ ਦਾ ਮੁਖੀ ਅੰਮ੍ਰਿਤਪਾਲ ਉਹਦੇ ਸੁਦੀਪ ਸੂਰੀ ਦੇ ਮਰਡਰ ਦੇ ਲਈ ਜ਼ਿੰਮੇਵਾਰ ਹੈ ਇਹਦੇ ਲਈ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਰਕਾਰ ਭੰਗ ਕਰਕੇ ਇੱਥੇ ਰਾਸ਼ਟਰਪਤੀ ਰਾਜ ਲਾਇਆ ਜਾਵੇ ਅਸੀਂ ਵੀ 50% ਹਿੰਦੂ ਹਾਂ ਐਡਾ ਵੱਡਾ ਘਾਟਾ ਹਿੰਦੂ ਸਮਾਜ ਨੂੰ ਅੱਜ ਪਿਆ ਕਿ ਹਿੰਦੂਆਂ ਦੀ ਆਵਾਜ਼ ਚੱਕਣ ਵਾਲਾ ਹਿੰਦੂ ਸ਼ੇਰ ਸੁਦੀਪ ਸੂਰੀ ਕਹਿੰਦਾ ਅੱਜ ਇਸ ਦੁਨੀਆਂ ਤੋਂ ਚਲਾ ਗਿਆ ਜਿਸ ਨੂੰ 10 ਸੁਰੱਖਿਆ ਕਰਮੀਆਂ ਦੇ ਹੁੰਦੇ ਹੋਏ ਉਹਨਾਂ ਦੀ ਮੌਜੂਦਗੀ ਦੇ ਵਿੱਚ ਇੱਕ ਬੰਦਾ ਆ ਕੇ 6-7 ਗੋਲੀਆਂ ਮਾਰ ਦੇਵੇ ਅਤੇ ਉਹ ਖੜ੍ਹੇ ਕਹਿੰਦਾ ਉੱਥੇ ਤਮਾਸ਼ਾ ਦੇਖ ਰਹੇ ਸੀਗੇ ਜੇ ਉਹ ਬਰਾਬਰ 60-70 ਗੋਲੀਆਂ ਉਹਦੇ ਤਾਰ ਦਿੰਦੇ ਤਾਂ ਫਿਰ ਅਸੀਂ ਮੰਨਦੇ ਕਿ ਪੰਜਾਬ ਪੁਲਿਸ ਨੇ ਆਪਣੀ ਡਿਊਟੀ ਕੀਤੀ ਹੈ ਸਿੰਗਲਾ ਜੀ ਤੁਹਾਨੂੰ ਵੀ ਕੋਈ ਕਾਲ ਵਗੈਰਾ ਆਈ ਹੈਗੀ ਕੀ ਸੁਦੀਪ ਸੂਰੀ ਤੋਂ ਦੇਖ ਕੇ ਮਰਡਰ ਤੋਂ 1 ਘੰਟੇ ਬਾਅਦ ਮੈਨੂੰ ਇਰਾਨ ਤੋਂ 1 ਨੰਬਰ ਤੋਂ ਫੋਨ ਆਇਆ ਵਟਸਐਪ ਕਾਲ ਉਸਨੇ ਕਿਹਾ ਕਿ ਸੁਦੀਪ ਸੂਰੀ ਤਾਂ ਮਾਰਤਾ ਹੁਣ 13 ਨੰਬਰ ਹੈ ਮਾਰਤਾ ਤੂੰ ਜਾਣਾ ਹੀ ਹੈ ਉਸਨੇ ਮੇਰੀ ਕੁੜੀ ਦੇ ਬਾਰੇ ਬਹੁਤ ਗਲਤ ਲੈਂਗੁਏਜ ਯੂਜ਼ ਕੀਤੀ ਜੋ ਮੈਂ ਨਹੀਂ ਬੋਲ ਸਕਦਾ ਇੱਥੇ ਕਿ ਉਹਦੇ ਮਰਡਰ ਤੋਂ 1 ਘੰਟਾ ਬਾਅਦ ਹੀ ਉਹ ਨੰਬਰ ਮੈਂ ਪਹਿਲਾਂ ਵੀ ਪਟਿਆਲਾ ਪੁਲਿਸ ਨੂੰ ਦਿੱਤਾ ਹੋਇਆ ਅੱਜ ਵੀ SSP ਪਟਿਆਲਾ ਨੂੰ ਭੇਜ ਦਿੱਤਾ ਗਿਆ ਕੋਈ ਕਿਹਾ ਗਿਆ ਆਸ਼ਵਾਸਨ ਦਿੱਤਾ ਗਿਆ SSP ਪਟਿਆਲਾ ਦੇ ਵੱਲੋਂ ਆਸ਼ਵਾਸਨ ਕੁਛ ਨਹੀਂ ਹੈ ਮੈਂ ਪਹਿਲਾਂ ਵੀ 500-400 ਲੋਕਲ ਨੰਬਰ ਪਟਿਆਲਾ ਪੁਲਿਸ ਨੂੰ ਦੇਈ ਬੈਠਾ ਇਸ ਤਰ੍ਹਾਂ ਦੇ ਜਾ ਸੁਦੀਪ ਸੂਰੀ ਦਾ ਜਿਹੜਾ ਕਤਲ ਕੀਤਾ ਗਿਆ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਇਹਦੇ ਲਈ ਮੈਂ ਸਿੱਧਾ ਸਿੱਧਾ ਪੰਜਾਬ ਸਰਕਾਰ ਔਰ ਪੰਜਾਬ ਦੇ DGP ਨੂੰ ਜ਼ਿੰਮੇਵਾਰ ਮੰਨਦਾ ਔਰ ਬਿਲਕੁਲ ਕਲੀਅਰ ਲਫ਼ਜ਼ਾਂ ਦੇ ਵਿੱਚ ਕਹਿੰਦਾ ਕਿ ਜੋ ਅੰਮ੍ਰਿਤਪਾਲ ਭਿੰਡਰਾਂਵਾਲਾ 2 ਪਿਛਲੇ 2 ਮਹੀਨੇ ਤੋਂ ਪੰਜਾਬ ਦੇ ਵਿੱਚ ਘੁੰਮ ਰਿਹਾ ਅੰਮ੍ਰਿਤ ਛਕਾਉਣ ਦਾ ਅੰਮ੍ਰਿਤ ਸੰਚਾਰ ਦਾ ਸਹਾਰਾ ਲੈ ਕੇ ਉਹਨਾਂ ਸਟੇਜਾਂ ਦੇ ਉੱਪਰੋਂ ਉਹ ਅੰਮ੍ਰਿਤ ਸੰਚਾਰ ਕਰਾਵੇ ਅੰਮ੍ਰਿਤ ਛਕਾਵੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਉਹ ਰੱਬ ਦਾ ਕੰਮ ਹੈ ਪਰ ਉਸ ਰੱਬ ਦੇ ਕੰਮ 'ਤੇ ਰੱਬ ਦੀ ਸਟੇਜ ਦੇ ਉੱਪਰੋਂ ਰੱਬ ਦਾ ਨਾਮ ਲੈ ਕੇ ਉਹ ਭੜਕਾਊ ਭਾਸ਼ਣ ਕਰੇ ਉਹ ਕਹੇ ਕੋਈ ਪੰਜਾਬੀ ਤੋਂ ਬਾਹਰਲਾ ਜ਼ਮੀਨ ਨਹੀਂ ਖਰੀਦ ਸਕਦਾ ਜਿੱਥੇ ਹਿੰਦੀ ਲਿਖੀ ਵੀ ਹੈ ਉਸ ਦੁਕਾਨ ਤੋਂ ਸਮਾਨ ਨਾ ਖਰੀਦੋ ਲਾਲਿਆਂ ਦੀਆਂ ਫੈਕਟਰੀਆਂ ਬੰਦ ਕਰਵਾ ਦਿਓ ਜੇ ਕੋਈ ਤੁਹਾਡਾ ਕਹਿਣਾ ਨਾ ਮੰਨੇ ਸਰਕਾਰ ਵਾਲਾ ਤਾਂ ਉਹਦਾ ਸੋਧਾ ਲਾ ਦਿਓ ਉਸ ਬੰਦੇ ਨੇ ਹੀ ਭੜਕਾ ਕੇ ਸੁਦੀਪ ਸੂਰੀ ਦਾ ਮਰਡਰ ਕਰਵਾਇਆ ਸੁਦੀਪ ਸੂਰੀ ਦਾ ਕਤਲ ਕਰਵਾਇਆ ਇਹਦੇ ਲਈ ਅੰਮ੍ਰਿਤਪਾਲ ਸਿੱਧਾ ਸਿੱਧਾ ਜ਼ਿੰਮੇਵਾਰ ਹੈ ਔਰ ਹਾਲੇ ਤੱਕ ਜਿੰਨਾ ਕੁ ਮੈਨੂੰ ਪਤਾ ਲੱਗਿਆ ਕਿ ਜਿਹੜੀ ਕਾਰ ਦੇ ਵਿੱਚ ਉਹ ਬੰਦਾ ਆਇਆ ਸੀ ਉਸ 'ਤੇ ਭਾਰਤ ਪੰਜਾਬ ਦੇ ਸਟਿੱਕਰ ਲੱਗੇ ਹੋਏ ਨੇ ਹਾਂਜੀ ਇਹਦੇ ਲਈ ਭਾਰਤ ਪੰਜਾਬ ਦਾ ਮੁਖੀ ਅੰਮ੍ਰਿਤਪਾਲ ਉਹਦੇ ਸੁਦੀਪ ਸੂਰੀ ਦੇ ਮਰਡਰ ਦੇ ਲਈ ਜ਼ਿੰਮੇਵਾਰ ਹੈ ਇਹਦੇ ਲਈ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਰਕਾਰ ਭੰਗ ਕਰਕੇ ਇੱਥੇ ਰਾਸ਼ਟਰਪਤੀ ਰਾਜ ਲਾਇਆ ਜਾਵੇ ਅਸੀਂ ਵੀ 50% ਹਿੰਦੂ ਹਾਂ ਐਡਾ ਵੱਡਾ ਘਾਟਾ ਹਿੰਦੂ ਸਮਾਜ ਨੂੰ ਅੱਜ ਪਿਆ ਕਿ ਹਿੰਦੂਆਂ ਦੀ ਆਵਾਜ਼ ਚੱਕਣ ਵਾਲਾ ਹਿੰਦੂ ਸ਼ੇਰ ਸੁਦੀਪ ਸੂਰੀ ਕਹਿੰਦਾ ਅੱਜ ਇਸ ਦੁਨੀਆਂ ਤੋਂ ਚਲਾ ਗਿਆ ਜਿਸ ਨੂੰ 10 ਸੁਰੱਖਿਆ ਕਰਮੀਆਂ ਦੇ ਹੁੰਦੇ ਹੋਏ ਉਹਨਾਂ ਦੀ ਮੌਜੂਦਗੀ ਦੇ ਵਿੱਚ ਇੱਕ ਬੰਦਾ ਆ ਕੇ 6-7 ਗੋਲੀਆਂ ਮਾਰ ਦੇਵੇ ਅਤੇ ਉਹ ਖੜ੍ਹੇ ਕਹਿੰਦਾ ਉੱਥੇ ਤਮਾਸ਼ਾ ਦੇਖ ਰਹੇ ਸੀਗੇ ਜੇ ਉਹ ਬਰਾਬਰ 60-70 ਗੋਲੀਆਂ ਉਹਦੇ ਤਾਰ ਦਿੰਦੇ ਤਾਂ ਫਿਰ ਅਸੀਂ ਮੰਨਦੇ ਕਿ ਪੰਜਾਬ ਪੁਲਿਸ ਨੇ ਆਪਣੀ ਡਿਊਟੀ ਕੀਤੀ ਹੈ ਸਿੰਗਲਾ ਜੀ ਤੁਹਾਨੂੰ ਵੀ ਕੋਈ ਕਾਲ ਵਗੈਰਾ ਆਈ ਹੈਗੀ ਕੀ ਸੁਦੀਪ ਸੂਰੀ ਤੋਂ ਦੇਖ ਕੇ ਮਰਡਰ ਤੋਂ 1 ਘੰਟੇ ਬਾਅਦ ਮੈਨੂੰ ਇਰਾਨ ਤੋਂ 1 ਨੰਬਰ ਤੋਂ ਫੋਨ ਆਇਆ ਵਟਸਐਪ ਕਾਲ ਉਸਨੇ ਕਿਹਾ ਕਿ ਸੁਦੀਪ ਸੂਰੀ ਤਾਂ ਮਾਰਤਾ ਹੁਣ 13 ਨੰਬਰ ਹੈ ਮਾਰਤਾ ਤੂੰ ਜਾਣਾ ਹੀ ਹੈ ਉਸਨੇ ਮੇਰੀ ਕੁੜੀ ਦੇ ਬਾਰੇ ਬਹੁਤ ਗਲਤ ਲੈਂਗੁਏਜ ਯੂਜ਼ ਕੀਤੀ ਜੋ ਮੈਂ ਨਹੀਂ ਬੋਲ ਸਕਦਾ ਇੱਥੇ ਕਿ ਉਹਦੇ ਮਰਡਰ ਤੋਂ 1 ਘੰਟਾ ਬਾਅਦ ਹੀ ਉਹ ਨੰਬਰ ਮੈਂ ਪਹਿਲਾਂ ਵੀ ਪਟਿਆਲਾ ਪੁਲਿਸ ਨੂੰ ਦਿੱਤਾ ਹੋਇਆ ਅੱਜ ਵੀ SSP ਪਟਿਆਲਾ ਨੂੰ ਭੇਜ ਦਿੱਤਾ ਗਿਆ ਕੋਈ ਕਿਹਾ ਗਿਆ ਆਸ਼ਵਾਸਨ ਦਿੱਤਾ ਗਿਆ SSP ਪਟਿਆਲਾ ਦੇ ਵੱਲੋਂ ਆਸ਼ਵਾਸਨ ਕੁਛ ਨਹੀਂ ਹੈ ਮੈਂ ਪਹਿਲਾਂ ਵੀ 500-400 ਲੋਕਲ ਨੰਬਰ ਪਟਿਆਲਾ ਪੁਲਿਸ ਨੂੰ ਦੇਈ ਬੈਠਾ